ਸੋ ਜੀ ਸਾਰਿਆਂ ਨੂੰ ਗੌਰਵ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਔਰ ਸਾਡੇ ਯੂਟਿਊਬ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਬਹੁਤ ਹੀ ਪਿਆਰਾ ਜਿਹੜੀ ਹੈ ਗਜ਼ਲ, ਜਿਹੜੀ ਕਿ ਇਸ਼ਕ ਮਾਰਦਾ ਹੈ ਸੀਨੇ ਵਿੱਚ ਗੁੱਜੇ ਗੁੱਜੇ ਸੱਲ, ਜਿਹੜੀ ਕਿ ਬਾਬਾ ਬਲਵੀਰ ਜੀ ਨੇ ਗਾਈ ਹੋਈ ਹੈ, ਉਹਦਾ ਟਿਊਟੋਰੀਅਲ ਅਪਲੋਡ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਇਹਦਾ ਰਾਗ ਸਕੇਲ ਔਰ ਇਹਦੀ ਜਿਹੜੀ ਤਾਲ ਆ ਉਹ ਆਪਾਂ ਦੇਖ ਲਈਏ, ਫਿਰ ਹੁਣ ਮੈਂ ਦੱਸ ਦਿਆਂ ਕਿਹੜੀ ਹੈ, ਫਿਰ ਆਪਾਂ ਸਟਾਰਟ ਕਰਦੇ ਹਾਂ। ਸੋ ਜਿਹੜਾ ਇਹਦਾ ਰਾਗ ਹੈ ਜੀ ਸਿੰਧੀ ਭੈਰਵੀ ਹੈ, ਔਰ ਜਿਹੜਾ ਸਕੇਲ ਜਿਹੜੇ ਸਕੇਲ ਤੋਂ ਉਹਨਾਂ ਨੇ ਗਾਈ ਹੈ ਉਹ ਹੈ ਫਿਫਥ ਬਲੈਕ, ਯਾਨੀ ਕਿ ਏ ਸ਼ਾਰਪ ਔਰ ਏ ਸ਼ਾਰਪ ਮਾਈਨਰ ਕੋਡ ਹੈ। ਔਰ ਜਿਹੜੀ ਇਹਦੀ ਤਾਲ ਹੈ ਜੀ ਕੈਰਵਾ, ਕੈਰਵਾ ਤਾਲ 'ਤੇ ਇਹਨਾਂ ਨੇ ਗਾਈ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਹਦਾ ਸਥਾਈ ਔਰ ਉਸ ਤੋਂ ਬਾਅਦ ਅੰਤਰਾ। ਇੱਕ ਸਥਾਈ ਹੈ ਅਤੇ ਦੋ ਅੰਤਰੇ ਇਹਦੇ, ਦੋਨਾਂ ਦੀ ਕੰਪੋਜੀਸ਼ਨ ਬਿਲਕੁਲ ਸੇਮ ਹੈ। ਸੋ ਮੈਂ ਫਸਟ ਅੰਤਰਾ ਦੱਸੂੰਗਾ, ਇੱਕ ਸਥਾਈ ਔਰ ਇੱਕ ਅੰਤਰਾ, ਅਤੇ ਨੈਕਸਟ ਜਿਹੜਾ ਅੰਤਰਾ ਸੇਮ ਕੰਪੋਜੀਸ਼ਨ 'ਤੇ ਚੱਲੇਗਾ। ਸੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਹਦਾ ਸਥਾਈ ਔਰ ਉਸ ਤੋਂ ਬਾਅਦ ਆਵਾਂਗੇ ਅੰਤਰੇ 'ਤੇ। ਕਾਫੀ ਦੇਰ ਦੀ ਸਬਸਕ੍ਰਾਈਬਰਸ ਨੇ ਰਿਕੁਐਸਟ ਕੀਤੀ ਹੋਈ ਸੀ ਵੀ ਇਸ ਗਜ਼ਲ ਨੂੰ ਤੁਸੀਂ ਪਾਓ, ਸੋ ਅੱਜ ਅਪਲੋਡ ਕਰ ਰਹੇ ਹਾਂ। ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਹਦਾ ਸਥਾਈ, ਦੇਖੋ ਕਿੱਦਾਂ ਪਲੇ ਹੋਣਾ। ਇਸ਼ਕ ਮਾਰਦਾ ਏ ਸੀਨੇ ਵਿੱਚ ਗੁਜੇ ਗੁਜੇ ਸੱਲੇ, ਵਨ ਫਿੰਗਰ ਨਾਲ। ਇਸ਼ਕ ਮਾਰਦਾ ਏ ਸੀਨੇ ਵਿੱਚ ਗੁਜੇ ਗੁਜੇ ਸੱਲੇ, ਇਸ਼ਕ ਮਾਰਦਾ ਸੀਨੇ ਵਿੱਚ ਗੁਜੇ ਗੁਜੇ ਸੱਲੇ। ਨੈਕਸਟ ਲਾਈਨ ਜਿਹੜੀ ਹੈ, ਨਾਏ ਦੱਸਣੇ ਦੀ ਗੱਲ, ਦੱਸਣੇ ਦੀ ਗੱਲ, ਵਨ ਫਿੰਗਰ ਨਾਲ। ਨਾਏ ਦੱਸਣੇ ਦੀ ਗੱਲ, ਦੱਸਣੇ ਦੀ ਗੱਲ, ਇੱਕ ਵਾਰੀ ਫਿਰ ਦੇਖ ਲਿਓ। ਨਾਏ ਦੱਸਣੇ ਦੀ ਗੱਲ, ਉਸ ਤੋਂ ਬਾਅਦ ਨਾਏ ਦੱਸਣੇ ਦੀ ਗੱਲ, ਨਾਏ ਪੁੱਛਣੇ ਦੀ ਗੱਲ, ਵਨ ਫਿੰਗਰ ਨਾਲ ਦੇਖੋ। ਨਾਏ ਦੱਸਣੇ ਦੀ ਗੱਲ, ਨਾਏ ਪੁੱਛਣੇ ਦੀ, ਨਾਏ ਪੁੱਛਣੇ ਦੀ ਗੱਲ, ਦੁਬਾਰਾ ਦੇਖੋ। ਨਾਏ ਦੱਸਣੇ ਦੀ ਗੱਲ, ਨਾਏ ਪੁੱਛਣੇ ਦੀ ਗੱਲ, ਉਸ ਤੋਂ ਬਾਅਦ ਮੇਨ ਲਾਈਨ ਦੁਬਾਰਾ। ਇਸ਼ਕ ਮਾਰਦਾ ਏ ਸੀਨੇ ਗੁਜੇ ਗੁਜੇ ਸੱਲੇ, ਵਨ ਫਿੰਗਰ ਨਾਲ। ਇਸ਼ਕ ਮਾਰਦਾ ਏ ਸੀਨੇ ਗੁਜੇ ਗੁਜੇ ਸੱਲੇ, ਔਰ ਜਿਹੜਾ ਇਹਦਾ ਮੁਕਾ ਹੈ ਉਹ ਕਿੱਦਾਂ। ਇਸ਼ਕ ਮਾਰਦਾ ਏ ਸੀਨੇ ਵਿੱਚ
ਵਨ ਫਿੰਗਰ ਨਾਲ ਇਸ਼ਕ ਸੋ ਇਹ ਹੈ ਜੀ ਇਹਦਾ ਸਥਾਈ ਤੇ ਨੈਕਸਟ ਆਪਾਂ ਆਉਂਦੇ ਹਾਂ ਅੰਤਰੇ ਤੇ ਅੰਤਰਾ ਦੇਖੋ ਕਿੱਦਾਂ ਪਲੇ ਹੋਣਾ ਅੰਤਰਾ ਇਹਦੇ ਦੋ ਅੰਤਰੇ ਨੇ ਦੋਨਾਂ ਦੀ ਕੰਪੋਜੀਸ਼ਨ ਜਿਹੜੀ ਹੈ ਬਿਲਕੁਲ ਸੇਮ ਹੈ ਸੋ ਮੈਂ ਫਸਟ ਅੰਤਰਾ ਤੁਹਾਨੂੰ ਦੱਸਣ ਜਾ ਰਿਹਾ ਮੈਂ ਕਿੱਦਾਂ ਪਲੇ ਹੋਣਾ ਉਹਨੂੰ ਅੱਛੀ ਤਰ੍ਹਾਂ ਉਹਨੂੰ ਦੇਖ ਕੇ ਉਹਦੀ ਪ੍ਰੈਕਟਿਸ ਕਰ ਲਓਗੇ ਨੈਕਸਟ ਅੰਤਰਾ ਈਜ਼ੀਲੀ ਪਲੇ ਹੋ ਜਾਏਗਾ ਕਿਉਂਕਿ ਸੇਮ ਕੰਪੋਜੀਸ਼ਨ ਔਰ ਸੇਮ ਸਵਰ ਲੱਗੇ ਹੋਏ ਉਹਦੇ 'ਚ ਵੀ ਸੁਰ ਸੇਮ ਹੀ ਨੇ ਸੋ ਸਟਾਰਟ ਕਰਦੇ ਹਾਂ ਆਪਾਂ ਇਸ਼ਕ ਮਹੀ ਵਾਲ ਕੀਤਾ ਪੱਟ ਚੀਰ ਕੇ ਖਾਇਆ ਹਾਫ ਹਾਫ ਲਾਈਨ ਕਰਕੇ ਦੱਸਦਾ ਥੋੜ੍ਹਾ ਡਿਫਿਕਲਟ ਹੈ ਇਸ਼ਕ ਮਹੀ ਵਾਲ ਕੀਤਾ ਇਸ਼ਕ ਮਹੀ ਵਾਲ ਕੀਤਾ ਵਨ ਫਿੰਗਰ ਨਾਲ ਇਸ਼ਕ ਮਹੀ ਵਾਲ ਕੀਤਾ ਹਲਕਾ ਜਿਹਾ ਟੱਚ ਹੈ ਇਸ਼ਕ ਮਹੀ ਵਾਲ ਕੀਤਾ ਔਰ ਉਸ ਤੋਂ ਬਾਅਦ ਪੱਟ ਚੀਰ ਕੇ ਖਾਇਆ ਪੱਟ ਚੀਰ ਕੇ ਖਾਇਆ ਪੱਟ ਚੀਰ ਕੇ ਖਾਇਆ ਵਨ ਫਿੰਗਰ ਨਾਲ ਏਸੇ ਸ਼ਿਕ ਨੇ ਸੱਸੀ ਤਾਈਂ ਭਲਾ ਚਰੁਲਾਇਆ ਦੁਬਾਰਾ ਦੇਖ ਲਓ ਏਸੇ ਸ਼ਿਕ ਨੇ ਸੱਸੀ ਤਾਈਂ ਭਲਾ ਚਰੁਲਾਇਆ ਔਰ ਇਹਨੂੰ ਦੁਬਾਰਾ ਕਿੱਦਾਂ ਲਗਾਇਆ ਉਹਨਾਂ ਨੇ ਏਸੇ ਸ਼ਿਕ ਨੇ ਸੱਸੀ ਤਾਈਂ ਏਸੇ ਸ਼ਿਕ ਨੇ ਸੱਸੀ ਤਾਈਂ ਭਲਾ ਚਰੁਲਾਇਆ ਇਹਨੂੰ ਦੇਖੋ ਵਨ ਫਿੰਗਰ ਨਾਲ ਏਸੇ ਸ਼ਿਕ ਨੇ ਸੱਸੀ ਤਾਈਂ ਭਲਾ ਚਰੁਲਾਇਆ ਏਸੇ ਸ਼ਿਕ ਨੇ ਸੱਸੀ ਤਾਈਂ ਭਲਾ ਚਰੁਲਾਇਆ ਉਸ ਤੋਂ ਬਾਦ ਇਸ਼ਕ ਦੇਖਿਆ ਮੈਂ ਆਸ਼ਿਕਾਂ ਦੇ ਨਾ ਦਾ ਹੋਇਆ ਖਲ ਇਸ਼ਕ ਵੇਖਿਆ ਆਸ਼ਿਕਾਂ ਦੇ ਨਾ ਦਾ ਹੋਇਆ ਖਲ ਦੁਬਾਰਾ ਦੇਖੋ ਇਸ਼ਕ ਵੇਖਿਆ ਮੈਂ ਆਸ਼ਿਕਾਂ ਦੇ ਨਾ ਦਾ ਹੋਇਆ ਖਲ ਉਸ ਤੋਂ ਬਾਅਦ ਇਸ਼ਕ ਵੇਖੇ ਇਸ਼ਕ ਦੇਖਿਆ ਮੈਂ ਆਸ਼ਿਕਾਂ ਦੇ ਨਾ ਦਾ ਹੋਇਆ ਖਲ ਵਨ ਫਿੰਗਰ ਨਾਲ ਇਸ਼ਕ ਦੇਖਿਆ ਮੈਂ ਆਸ਼ਿਕਾਂ ਦੇ ਨਾ ਦਾ ਹੋਇਆ ਖਲ ਉਸ ਤੋਂ ਬਾਅਦ ਨਾ ਦੱਸਣੇ
ਨੈਕਸਟ ਟਾਈਮ ਨਾ ਏ ਦੱਸਣੇ ਦੀ ਗੱਲ ਨਾ ਏ ਪੁੱਛਣੇ ਦੀ ਗੱਲ ਦੁਬਾਰਾ ਦੇਖੋ ਵਨ ਫਿੰਗਰ ਨਾਲ ਨਾ ਏ ਦੱਸਣੇ ਦੀ ਗੱਲ ਨਾ ਏ ਪੁੱਛਣੇ ਨਾ ਏ ਪੁੱਛਣੇ ਦੀ ਗੱਲ ਉਸ ਤੋਂ ਬਾਅਦ ਮੇਨ ਲਾਈਨ ਦੁਬਾਰਾ ਆ ਗਈ ਇਸ਼ਕ ਮਾਰਦਾ ਏ ਸੀਨੇ ਵਿੱਚ ਇਸ਼ਕ ਸੋ ਇਹ ਹੈ ਜੀ ਸਥਾਈ ਔਰ ਅੰਤਰਾ ਨੈਕਸਟ ਜਿਹੜਾ ਅੰਤਰਾ ਸੇਮ ਕੰਪੋਜੀਸ਼ਨ ਹੈ ਇਹਨੂੰ ਅੱਛੀ ਤਰ੍ਹਾਂ ਦੇਖ ਕੇ ਤੁਸੀਂ ਪਲੇ ਕਰ ਲਓਗੇ ਫਸਟ ਅੰਤਰਾ ਸੈਕਿੰਡ ਅੰਤਰਾ ਈਜ਼ੀਲੀ ਨਿਕਲ ਜਾਏਗਾ ਸੋ ਇੱਦਾਂ ਦੇ ਹੋਰ ਟਿਊਟੋਰੀਅਲਸ ਦੇਖਦੇ ਰਹਿਣ ਲਈ ਔਰ ਉਹਨਾਂ ਤੋਂ ਸਿੱਖਦੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਔਰ ਸਬਸਕ੍ਰਾਈਬ ਕਰਨ ਤੋਂ ਬਾਅਦ ਜੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਨਾਲ ਦੇ ਨਾਲ ਤੁਹਾਨੂੰ ਨੋਟੀਫਿਕੇਸ਼ਨਸ ਰਿਸੀਵ ਹੁੰਦੇ ਰਹਿਣ ਉਹਦੇ ਲਈ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਸੋ ਨੈਕਸਟ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਥੈਂਕ ਯੂ ਸੋ ਮੱਚ